ਸਤਿ ਸ਼੍ਰੀ ਅਕਾਲ ਦੋਸਤੋ, ਕੀ ਹਾਲ ਚਾਲ ਨੇ ਜੀ। ਮੈਂ ਤੁਹਾਡਾ ਆਪਣਾ ਰਮਨ ਰੋਜ਼ਰ ਭਾਗ ਸਰ, ਅਤੇ ਅੱਜ ਆਏ ਸੀਗੇ ਬਾਬਾ ਬੁੱਲੇ ਸ਼ਾਹ ਦੇ ਕੰਧਵਾਲਾ ਹਾਜ਼ਰ ਖਾਂ ਦੇ ਮੇਲਾ ਵੇਖਣ। ਅਤੇ ਜਾਂਦੇ ਜਾਂਦੇ ਇੱਕ ਬਾਈ ਸਾਨੂੰ ਮਿਲ ਗਿਆ ਇੱਥੇ ਛੱਲੀਆਂ ਵਾਲਾ। ਇਹ ਜਿਹੜਾ ਹੁਣ ਇਹ ਛੱਲੀਆਂ ਦਾ ਕੰਮ ਆ ਨਾ, ਆਪਣੇ ਪੰਜਾਬ ਦੇ ਵਿੱਚ ਜ਼ਿਆਦਾਤਰ ਹੁਣ ਬਹੁਤ ਘੱਟ ਦੇਖਣ ਨੂੰ ਮਿਲਦਾ, ਅਤੇ ਪਰ ਅਸੀਂ ਇੱਥੋਂ ਲੰਘੇ ਜਾਂਦੇ ਸੀਗੇ ਹੁਣ, ਅਤੇ ਆ ਵੀਰ ਸਾਨੂੰ ਇੱਥੇ ਛੱਲੀਆਂ ਵਾਲਾ ਮਿਲ ਗਿਆ। ਅਤੇ ਨੀਟੂ ਮੈਨੂੰ ਕਹਿੰਦਾ ਵੀ ਆਪਾਂ ਇੱਕ ਛੱਲੀ ਖਾਣੀ ਆ। ਨੀਟੂ ਕੀ ਕਹਿਣਾ ਚਾਹੂੰਗਾ ਤੂੰ? ਠੀਕ ਠਾਕ ਹੋ? ਅਤੇ ਆਹ ਵੀਰ ਸਾਡਾ ਇੱਧਰ ਛੱਲੀਆਂ ਵਾਲਾ, ਬਾਈ ਕੀ ਨਾਮ ਆ ਤੁਹਾਡਾ? ਕੈਲਾਸ਼। ਕੈਲਾਸ਼, ਅਤੇ ਕਿੰਨਾ ਚਿਰ ਹੋ ਗਿਆ ਤੁਹਾਨੂੰ ਇੱਥੇ ਇਹ ਕੰਮ ਕਰਦਿਆਂ ਨੂੰ? 2 ਮਹੀਨਾ ਹੋ ਗਿਆ। 2 ਮਹੀਨਾ ਹੋ ਗਏ, ਠੀਕ ਆ। ਅਤੇ ਛੱਲੀ ਤੁਸੀਂ ਲੈ ਕੇ ਕਿੱਥੋਂ ਆਉਣੇ ਆ ਇਹ? ਹਬੋਰੋ। ਹਬੋਰੋ, ਇਹ ਤੁਹਾਨੂੰ ਮਤਲਬ ਇਹ ਕੀ ਰੇਟ 'ਤੇ ਮਿਲ ਜਾਂਦੀ? ਤੋਲ ਕੇ ਮਿਲਦੀ ਹੈ ਕਿ ਪੀਸ ਦੇ ਹਿਸਾਬ ਨਾਲ? 900 ਰੁਪਏ ਕੀ ਬੋਰੀ? ਕਿੰਨੀ ਹੁੰਦੀ ਉਹਦੇ ਵਿੱਚ? 35 ਕਿਲੋ 40 ਕਿਲੋ। ਅੱਛਾ, 35 ਕਿਲੋ 40 ਕਿਲੋ। ਇਹ ਬਾਈ ਦਾ, ਬਈ ਕੈਲਾਸ਼ ਨਾਮ ਆ ਬਾਈ ਦਾ, ਅਤੇ ਪਿੰਡ ਹੈਗਾ ਝੋਟਿਆਂ ਵਾਲੀ। ਅਤੇ ਬਾਈ ਅਸੀਂ ਖੜ ਗਏ ਇੱਥੇ ਜਾਂਦੇ ਜਾਂਦੇ, ਮੈਂ ਕਿਹਾ ਚਲੋ ਯਾਰ ਛੱਲੀ ਖਾਈ ਗਏ ਅੱਜ। ਛੱਲੀ ਨੂੰ ਭੁੱਟਾ ਵੀ ਕਹਿ ਦਿੰਦੇ ਆ? ਭੁੱਟਾ ਵੀ ਕਹਿ ਦਿੰਦੇ ਆ, ਹੈ ਨਾ। ਲੈ ਬਾਈ ਬਣਾਉਂਦਾ ਛੱਲੀਆਂ। ਅਤੇ ਪਹਿਲਾਂ ਬਾਈ ਤੁਹਾਡੇ ਕੋਲ ਦੂਸਰਾ ਸਿਸਟਮ ਹੁੰਦਾ ਸੀ ਉਹ ਹਵਾ ਵਾਲਾ? ਉਹ ਨਹੀਂ ਹੈ? ਅੱਛਾ, ਤੁਸੀਂ ਪੱਖੀ ਨਾਲ ਕੰਮ ਚਲਾਉਣੇ ਆ ਇੱਥੇ, ਹੈ ਨਾ। ਅਤੇ ਪਹਿਲਾਂ ਜ਼ਿਆਦਾਤਰ ਉਹ ਵੀ ਰੱਖ ਲੈਂਦੇ ਸੀ ਨਾ? ਹਾਂ, ਇਹ ਵੀ ਥੋੜ੍ਹੀ ਜਿਹੀ ਹੋ ਜਾਂਦੀ ਦਿੱਕਤ ਪਰੇਸ਼ਾਨੀ। ਹਾਂ ਹਾਂ, ਉਹ ਕਿੰਨੇ ਦੀ ਮਸ਼ੀਨ ਆ ਜਾਂਦੀ ਹੈ? 800 ਰੁਪਏ ਕੀ ਆਉਂਦੀ ਹੈ? ਤੇ ਤੁਸੀਂ ਛੱਲੀ ਦਾ ਰੇਟ ਵੀ ਦੱਸ ਦਿਓ, ਕਿੰਨੇ ਦੀ ਲਾਉਣੇ ਇੱਕ? ਛੱਲੀ ਹੈਗੀ 20 ਰੁਪਏ ਦੀ। ਤੇ ਫਿਰ ਨਮਕ ਨੁਮਕ ਪੂਰਾ ਨੂਨ ਨਾਲ ਪੂਰਾ ਲਾ ਕੇ ਦਿੰਦੇ ਆ? ਪੂਰੇ ਦਾ ਨਿੰਬੂ ਕਾਗਜ਼ ਲਗਾ ਕੇ ਦਿੱਤੇ? ਪੂਰਾ ਨਿੰਬੂ ਲਗਾ ਕੇ ਦਿੰਦੇ ਆ, ਪੂਰਾ ਨਮਕ ਲਗਾ ਕੇ ਦਿੰਦੇ ਆ। ਤੇ ਇਹ ਤੁਸੀਂ ਖਾਧੀ ਹੈ ਛੱਲੀ ਇੱਥੋਂ? ਛੱਲੀ ਵਾਸਤੇ ਦੰਦ ਹੀ ਹੈਣੀ ਹੁਣ ਹੈਗੇ ਦੰਦ? ਠੀਕ ਠੀਕ। ਤੇ ਬਾਈ ਤੁਸੀਂ ਵੀ ਖਾਧੀ ਛੱਲੀ ਇੱਥੋਂ? ਠੀਕ ਹੈ, ਛੱਲੀ ਖਾਧੀ ਆ। ਤੇ ਅੱਜ ਅਸੀਂ ਵੀ ਫਿਰ ਖਾ ਕੇ ਦੇਖਦੇ ਹਾਂ ਛੱਲੀ ਇੱਥੋਂ। ਇੱਕ ਵੀਰ ਖੜੇ ਆ, ਬਾਈ ਤੁਹਾਡਾ ਕਿਹੜਾ ਪਿੰਡ ਆ? ਝੋਟਿਆਂ ਵਾਲੀ ਇਹੀ ਪਿੰਡ ਆ ਆਪਣਾ। ਠੀਕ ਹੈ ਠੀਕ ਹੈ ਜੀ, ਚਲੋ ਵੀਰ ਬਣਾ ਰਹੇ ਆ ਛੱਲੀ ਇੱਧਰ, ਅਤੇ ਤੁਹਾਨੂੰ ਦਿਖਾਉਣੇ ਆ ਫਿਰ ਹੁਣ। ਨੀਟੂ ਆਪਾਂ ਵਾਪਸ ਮੁੜ ਕੇ ਆਏ ਸੀਗੇ, ਹੈ ਨਾ, ਉੱਥੋਂ ਤੂੰ ਵੀ ਕਿਹਾ ਸੀ ਆਪਾਂ ਛੱਲੀ ਖਾ ਲਈਏ। ਠੀਕ ਆ, ਅਤੇ ਵੀਰ ਬਣਾ ਰਿਹਾ ਛੱਲੀ ਜੀ ਹੁਣ ਸਾਨੂੰ ਬਾਈ, ਇਹ ਪੂਰਾ ਨਮਕ ਨੁਮਕ ਲਾ ਕੇ ਫਿਰ ਇਹਦੇ ਪੂਰਾ ਦਿਖਾਉਂਦਾ ਛੱਲੀ। ਇਹ ਹਜੇ ਇੱਧਰਲੇ ਪਾਸੋਂ ਕੱਚੀ ਹੈ ਥੋੜ੍ਹੀ ਥੋੜ੍ਹੀ ਜੀ, ਹੈ ਨਾ। ਠੀਕ ਹੈ, ਲੈ ਵੀ ਪੂਰਾ ਬਾਈ ਹੁਣ ਇਹਦੇ ਪੂਰੀ ਸਫਾਈ ਕਰਦਾ, ਕੰਮ ਪੂਰਾ ਤਸੱਲੀ ਬਖਸ਼ ਕੀਤਾ ਜਾਂਦਾ। ਇੱਕ ਬਾਈ ਤੁਹਾਨੂੰ ਮੈਂ ਹੋਰ ਵੀ ਕਹਿਣਾ ਚਾਹੂੰਗਾ, ਜਿਹੜਾ ਤੁਸੀਂ ਨਾਲ ਆਹ ਜਿਹੜਾ ਤੁਹਾਡੇ ਆਸੇ ਪਾਸੇ ਤੁਸੀਂ ਚੱਕ ਕੇ ਜਾਂਦੇ ਕਿ ਛੱਡ ਜਾਂਦੇ ਆ ਆਪਦੇ ਛੱਲੀਆਂ ਦੇ ਇੱਥੇ ਉਠਾ ਕੇ ਲੈ ਕੇ ਜਾਂਦੇ ਆ? ਹਾਂ, ਇਹ ਤੁਹਾਡਾ ਕੰਮ ਬਹੁਤ ਵਧੀਆ, ਜਿਹੜੀ ਤੁਸੀਂ ਨਾਲ ਦੀ ਨਾਲ ਸਫਾਈ ਵੀ ਕਰਨੀ ਚਾਹੀਦੀ ਹੈ ਨਾ, ਵੀ ਐਂ ਨਹੀਂ ਵੀ ਇੱਕ ਦੁਕਾਨਦਾਰੀ ਲਾ ਲਈ ਤੇ ਆਪਾਂ ਉਦੋਂ ਬਾਅਦ ਆਪਦਾ ਛੱਡ ਕੇ ਉੱਥੇ ਹੀ। ਹਾਂ, ਇਹ ਵੀ ਨਾਲ ਦੀ ਨਾਲ ਚੱਕਣਾ ਚਾਹੀਦਾ, ਸਫਾਈ ਅਭਿਆਨ ਵੀ ਜ਼ਰੂਰੀ ਆ। ਲੈ ਵੀ ਬਾਈ ਹੁਣ ਛੱਲੀ 'ਤੇ ਨੂਨ ਲਾਈ ਜਾਂਦਾ ਪੂਰਾ। ਕੈਲਾਸ਼, ਕੈਲਾਸ਼ ਛੱਲੀ ਵਾਲਾ। ਨਮਕ ਤਾਂ ਮਕਾਈ ਬੈਠੇ ਵਿੱਚ, ਇਹਦੇ ਹੋਰ ਪਾ ਲਓ ਥੋੜ੍ਹਾ ਜਿਹਾ। ਇਹ ਨਮਕ ਤੁਸੀਂ ਕਿਹੜਾ? ਉਹ ਕਾਲਾ ਨਮਕ, ਕਾਲਾ ਨਮਕ ਵਰਤਦੇ ਹਾਂ। ਠੀਕ ਹੈ,
ਛੱਲੀਆਂ ਵੀ ਮਿੱਤਰ ਉਹੀ ਖਾਣਗੇ ਜਿਹਨਾਂ ਦੇ ਦੰਦ ਮਜ਼ਬੂਤ ਆ। ਬਾਬਾ ਕੇ ਜ਼ਿਆਦਾ ਮਜ਼ਬੂਤ ਆ, ਤਾਂ ਛੱਲੀ ਖਾ ਖਾ ਕੇ ਦੰਦ ਪੂਰੇ ਛੱਲੀ ਵਰਗੇ ਹੋਏ ਪਏ ਆ। ਇੱਧਰ ਫੜਾਓ ਨੀਟੂ ਨੂੰ, ਨੀਟੂ ਕਰ ਵੀ ਚੈੱਕ, ਲੈ ਮੈਨੂੰ ਵੀ ਕਰਾ ਦੋ ਇੱਧਰ। ਕਿਵੇਂ ਆ ਨੀਟੂ? ਓਕੇ ਆ ਜਾਵਾਂ। ਬਹੁਤ ਸਵਾਦ ਆ ਬਾਈ, ਨਮਕ ਦਾ ਪੂਰਾ ਸਵਾਦ ਆਉਂਦਾ, ਨਿੰਬੂ ਦਾ ਪੂਰਾ ਸਵਾਦ ਆਉਂਦਾ। ਅਤੇ ਬਾਈ ਕੈਲਾਸ਼ ਅੱਜ ਅਸੀਂ ਗਏ ਸੀ ਕੰਧ ਵਾਲਾ ਹਾਜ਼ਰ ਖਾਂ ਬਾਬਾ ਬੁੱਲੇ ਸ਼ਾਹ ਜੀ ਦੀ ਜਗ੍ਹਾ 'ਤੇ ਮੇਲਾ ਦੇਖਣ, ਅਤੇ ਆਉਂਦੇ ਆਉਂਦੇ ਰਸਤੇ ਦੇ ਵਿੱਚ ਰੁਕ ਗਏ, ਅਤੇ ਮੈਂ ਕਿਹਾ ਕਿਉਂ ਨਾ ਇੱਕ ਛੱਲੀ ਖਾਧੀ ਜਾਵੇ। ਬਹੁਤ ਵਧੀਆ, ਬਹੁਤ ਸਵਾਦ ਬਾਈ ਨੇ ਛੱਲੀ ਬਣਾਈ ਆ। ਸੋ ਥੈਂਕ ਯੂ ਸੋ ਮੱਚ ਸਾਜਨ। ਵੀਡੀਓ ਵੱਧ ਤੋਂ ਵੱਧ ਲਾਈਕ ਸ਼ੇਅਰ ਕਮੈਂਟ ਕਰ ਦਿਓ, ਅਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ। ਸ਼ੁਕਰੀਆ, ਧੰਨਵਾਦ। ਜਿਉਂਦੇ ਵਸਦੇ ਰਹੋ, ਹੱਸਦੇ ਰਹੋ, ਵਸਦੇ ਰਹੋ।